ਸੀਗਾ ਇਰਾਦਾ ਵੀ ਮੈਂ ਨਾ ਵੀ ਵੈਸੇ ਤਾਂ ਆਪਾਂ ਕੈਂਡੀਡੇਟਾਂ ਦੀ ਇੰਟਰਵਿਊ ਕਰਨੀ ਆ, ਪਰ ਹੁਣ ਮੇਰਾ ਇਰਾਦਾ ਵੀ ਆਵੇ ਢਿੱਲੋਂ ਦੀ ਇੰਟਰਵਿਊ ਕਰ ਲਈਏ ਯਾਰ। ਉਹਨੇ ਜਦੋਂ ਬੰਦੇ ਨੇ ਕਿਹਾ, ਉਹ ਇਹ ਗੱਲ ਕਰਕੇ ਨਹੀਂ, ਪਰ ਉਹਨੇ ਉਹਨਾਂ ਨੇ ਜਦੋਂ ਕਿਹਾ, ਉਹ ਕਹਿੰਦਾ ਵੀ ਬਸੰਤੀ ਪੱਗਾਂ ਵਾਲਿਆਂ ਨੂੰ ਕੀ ਸ਼ਰਮ ਨਹੀਂ ਆਉਂਦੀ ਵੀ ਮੁੱਖ ਮੰਤਰੀ ਜੂਠਾ ਪਾਣੀ ਸਿਰ 'ਚ ਪਾ ਰਿਹਾ, ਜਦੋਂ ਇੰਨੀ ਗੱਲ ਕਹੀ ਉਦੋਂ ਬਾਅਦ ਬਾਬੇ ਕੈਮਰਾ ਜਦੋਂ ਘੁੰਮਿਆ ਆਡੀਅੰਸ ਵਾਲੇ, ਇੱਕ ਨੀਲੀ ਪੱਗ ਵਾਲਾ ਇੱਕ ਮੋਨਾ ਬੰਦਾ ਵੀ ਆ, ਉਹ ਅਕਾਲੀ ਦਲ ਦੇ ਬੰਦੇ ਸੀ, ਮੈਨੂੰ ਬੰਦਿਆਂ ਨੇ ਆਈਡੈਂਟੀਫਾਈ ਕਰਾਇਆ ਵੀ ਇਹ ਫਲਾਨਾ ਸਿੰਘ ਆ ਜੀ, ਫਲਾਨਾ ਜੀ, ਉਹਨਾਂ ਨੇ ਇੱਕ ਆ ਗਏ ਉਧਰੋਂ ਜੀਦਾ ਸਾਹਿਬ ਬੈਠੇ ਸੀਗੇ, ਉਹ ਤਾਂ ਮੇਨ ਬੰਦੇ ਨੇ ਆਮ ਆਦਮੀ ਪਾਰਟੀ ਦੇ, ਅਹੁਦੇਦਾਰ ਵੀ ਨੇ, ਚੱਲ ਪਿਆ ਕੰਮ ਪੂਰਾ ਉੱਥੇ ਲਾਈਵ ਲੂ ਬੰਦ। ਮੈਂ ਇੱਥੇ ਜਿੰਨੇ ਬੈਠੇ ਆ ਬਸੰਤੀ ਪੱਗਾਂ ਵਾਲੇ, ਇਹਨਾਂ ਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨ ਝੂਠਾ ਪਾਣੀ ਸਿਰ 'ਚ ਪਾਈ ਜਾਂਦਾ ਤੇ ਹਜੇ ਵੀ ਉਹ ਸਿਰ ਉੱਤੇ ਚਿਣੀ ਹੋਈ ਦਾ ਵੱਖਰਾ ਜ਼ਰੂਰ ਹੈ, ਬਣਦੀ ਨਹੀਂ ਉਹਨਾਂ ਨਾਲ ਜੀਨਾ ਜਿਗਰ ਹੂਰ, ਦਿਲ ਦੀ ਕਲੋਨੀ ਕੱਟੀ ਬਸ ਯਾਰਾਂ ਵਾਸਤੇ, ਕੁੜੀ ਜਿਹੜੀ ਦਾ ਤਾਂ ਪਰੇਸ਼ਾਨ। ਡੱਬ ਨਾਲ